आज हाँ मैं मार्केट गई तो मैं क्या देखती हूँ ये लड़के बार बार गाड़ी लेके आ रहे हैं कुछ लड़कियां वहां खड़ी हुई हैं बार बार उनको टीस करके जा रहे हैं आप इनके इशारे देखो इनकी लाइक ये कैसे एक गर्ल को कितना नीच फील करवा रहे हैं क्या हम लड़कियां बाहर सेफ हैं एक गाड़ी लेके तीन लड़के बैठ गए हैं लड़कियों को तुम ऐसे फिंगर दिखा के जा रहे हो तो प्लीज जो भी बंदा ये वीडियो देख रहे है इनका पता जरूर निकलवाना एक बार ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਬਈ ਲੋਕਾਂ ਨੇ ਪੇਜਾਂ ਤੇ ਪਾਈ ਹੋਈ ਹੈ ਤੇ ਜੋ ਕਿਸੇ ਨੂੰ ਗਲਤ ਲੱਗ ਦਿੱਕਤ ਹੋਈ ਏ ਉਸ ਲਈ ਮੈਂ ਮਾਫੀ ਮੰਗਣਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅੱਗੇ ਤੋਂ ਇਹ ਹੁੱਲੜਬਾਜੀ ਮੈਂ ਨਹੀਂ ਕਰਾਂਗਾ ਜੀ ਤੇ ਅਸੀਂ ਸੰਗਤ ਨੂੰ ਦੱਸ ਦਈਏ ਵੀ ਇਹ ਦੋ ਨੌਜਵਾਨ ਉਹ ਜਿਨ੍ਹਾਂ ਦੀ ਫੋਟੋ ਅੱਜ ਵੀ ਵਾਇਰਲ ਹੋ ਰਹੀ ਹੈ ਵੀ ਗੱਡੀ ਦੇ ਵਿੱਚ ਲੰਘਦੇ ਆ ਤੇ ਉਹ ਵੀਡੀਓ ਆਈ ਆ ਤੇ ਅਸੀਂ ਉਹਦੇ ਬਾਰੇ ਗੱਲ ਕਰਨ ਹਰਿਆਣਾਏ ਹੋਏ ਆ ਤੇ ਇਹਨਾਂ ਦੋਹਾਂ ਨੂੰ ਅਸੀਂ ਲੈ ਲਿਆ ਵਾ ਤੇ ਅਸੀਂ ਦੇਖਦੇ ਆਂ ਕਾਰਵਾਈ ਜੋ ਵੀ ਹੁੰਦੀ ਆ ਬਾਕੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਦੋਸਤੋ ਜਿਵੇਂ ਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਾਇਲ ਹੋਣ ਵਾਲੀਆਂ ਵੀਡੀਓਜ਼ ਜਿੱਥੇ ਬਹੁਤ ਕੁਝ ਸਿਖਾਇਆ ਜਾਂਦੀਆਂ ਨੇ ਉੱਥੇ ਕੁਝ ਵੀਡੀਓਜ਼ ਕਾਫੀ ਅਜੀਹੀਆਂ ਹੁੰਦੀਆਂ ਨੇ ਜੋ ਕਿ ਬੰਦੇ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਤੇ ਕੁਝ ਵੀਡੀਓਜ਼ ਕਰਕੇ ਕੁਝ ਲੋਕਾਂ ਨੂੰ ਆਪਣੀ ਕਰਤੂਤ ਦੀ ਕਰਨੀ ਵੀ ਭਰਨੀ ਪੈਂਦੀ ਹੈ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਵੀ ਸੋਸ਼ਲ ਮੀਡੀਆ ਕਰਕੇ ਅਕਸਰ ਮਿਲਦੀ ਆਪਾਂ ਦੇਖੀ ਹੀ ਹੈ ਇਸੇ ਤਰ੍ਹਾਂ ਦਾ ਹੀ ਦੋਸਤੋ ਇੱਕ ਮਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੋਸ਼ਲ ਮੀਡੀਆ ਤੇ ਇੱਕ ਸਰਦਾਰ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਜੋ ਕਿ ਕਾਰ ਦੇ ਵਿੱਚ ਬੈਠਾ ਹੋਇਆ ਜਾਂਦਾ ਦਿਖਾਈ ਦੇ ਰਿਹਾ ਜੋ ਕਿ ਕਾਰ ਦੇ ਵਿੱਚੋਂ ਬਾਹਰ ਹੱਥ ਕੱਢ ਕੇ ਕੁਝ ਭੱਦੇ ਇਸ਼ਾਰੇ ਕਰ ਰਿਹਾ ਹੈ ਤੇ ਇਹ ਵੀਡੀਓ ਬਣਾਉਣ ਵਾਲੀ ਕੁੜੀ ਬੋਲ ਰਹੀ ਹੈ ਕਿ ਇਹਨਾਂ ਮੁੰਡਿਆਂ ਵੱਲੋਂ ਕੁੜੀਆਂ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕਾਫੀ ਗਲਤ ਇਸ਼ਾਰੇ ਕੀਤੇ ਜਾ ਰਹੇ ਨੇ ਦੋਸਤੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਾਹਮਣੇ ਆਉਣ ਦੀ ਦੇਰ ਸੀ ਕਿ ਇਹਨਾਂ ਮੁੰਡਿਆਂ ਨੂੰ ਕਾਫੀ ਜ਼ਿਆਦਾ ਲਾਂਤਾ ਪੈ ਰਹੀਆਂ ਸਨ ਤੇ ਹੁਣ ਅਮਰਤਪਾਲ ਸਿੰਘ ਨਹਿنگ ਸਿੰਘ ਵੱਲੋਂ ਇਹਨਾਂ ਨੌਜਵਾਨਾਂ ਦੇ ਪਿੰਡ ਹਰਿਆਣਾ ਪਹੁੰਚ ਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਨੂੰ ਬੰਨ ਦੀ ਸਜ਼ਾ ਦੇਣ ਦੀ ਗੱਲਬਾਤ ਕੀਤੀ ਗਈ ਹੈ ਅਮਰਤਪਾਲ ਸਿੰਘ ਜੋ ਕਿ ਇਸ ਦੇ ਸਮਾਜ ਵਿਰੋਧੀ ਤੱਥਾਂ ਦੇ ਖਿਲਾਫ ਜਾਂ ਫਿਰ ਸਿੱਖ ਮਰਿਆਦਾ ਦੇ ਖਿਲਾਫ ਜੋ ਲੋਕ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਹਮੇਸ਼ਾ ਹੀ ਡਟੇ ਰਹਿੰਦੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਦੱਸਿਆ ਹੈ ਕਿ ਉਹ ਹਰਿਆਣਾ ਵਿਖੇ ਪਹੁੰਚੇ ਨੇ ਜਿੱਥੇ ਕਿ ਇਹ ਦੋ ਨੌਜਵਾਨ ਉਹਨਾਂ ਨੂੰ ਮਿਲ ਕੇ ਨੇ ਜਿਨ੍ਹਾਂ ਦੀਆਂ ਕਿ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਹੁਣ ਇਹ ਨੌਜਵਾਨ ਅਮਰਤਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਹਨ ਤੇ ਇਹਨਾਂ ਦੇ ਅੱਗੇ ਕੀ ਕਾਰਵਾਈ ਕਰਨੀ ਹੈ ਕਿ ਇਹਨਾਂ ਨੂੰ ਸਜ਼ਾ ਦੇਣੀ ਹੈ ਇਹ ਵੀ ਦੇਖਦੇ ਆਂ ਤੇ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਅਜਿਹੇ ਲੋਕਾਂ ਨੂੰ ਜੋ ਕਿ ਅਜਿਹੇ ਬਾਣੇ ਦੇ ਵਿੱਚ ਪੈ ਇੱਕ ਕਹਿ ਸਕਦੇ ਹਾਂ ਕਿ ਸਿੱਖੀ ਨੂੰ ਵੀ ਸਰਦਾਰੀ ਨੂੰ ਵੀ ਇੱਕ ਤਰੀਕੇ ਦੇ ਨਾਲ ਬਦਨਾਮ ਕਰਦੇ ਨੇ ਅਜਿਹੇ ਨੌਜਵਾਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੁਸੀਂ ਆਪਣੀ ਰਿ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰਕੇ ਜਾਣ ਕਿਉਂਕਿ ਦੋਸਤੋ ਕਿਤੇ ਨਾ ਕਿਤੇ ਇਹਨਾਂ ਨੇ ਕੁੜੀਆਂ ਨੂੰ ਤਾਂ ਗਲਤ ਬੋਲਿਆ ਹੀ ਇਸ਼ਾਰੇ ਗਲਤ ਕੀਤੇ ਉੱਥੇ ਸਰਦਾਰੀ ਨੂੰ ਵੀ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਆਹ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓਜ਼ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹੋ ਲਿਮਟਡ ਗਿਆਨ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਤੇ ਸੈਲੈਕਟ ਕਰਨਾ ਨਾ ਭੁੱਲਣਾ ਅੱਜ ਮੈਂ ਮਾਰਕੀਟ ਗਈ ਤੇ ਮੈਂ ਕੀ ਦੇਖਤੀ ਹੂ ਇਹ ਲੜਕੇ ਬਾਰ-ਬਾਰ ਗੱਡੀ ਲੈ ਕੇ ਆ ਰਹੇ ਹਨ ਕੁਝ ਲੜਕੀਆਂ ਵਾਕ ਖੜ੍ਹੀ ਹੋਈਆਂ ਬਾਰ-ਬਾਰ ਨੂੰ ਕੋ ਟੀਜ਼ ਕਰਕੇ ਜਾ ਰਹੇ ਹਨ ਇਨਕੇ ਇਸ਼ਾਰੇ ਦੇਖੋ ਇਨਕੀ ਲਾਈਕ ਇਹ ਕਿਵੇਂ ਇੱਕ ਗਰਲ ਕੋ ਕਿਤਨਾ ਨੀਚ ਫੀਲ ਕਰਵਾ ਰਹੇ ਹਨ ਕਿਆ ਆਮ ਲੜਕੀਆਂ ਬਾਹਰ ਸੇਫ ਹੈ ਇੱਕ ਗਾੜੀ ਲੈ ਕੇ ਤਿੰਨ ਲੜਕੇ ਬੈਠ ਗਏ ਹੈ ਲੜਕੀਆਂ ਕੋ ਤੁਮ ਐਸੇ ਫਿੰਗਰ ਦਿਖਾ ਕੇ ਜਾ ਰਹੇ ਹੋ ਤਾਂ ਪਲੀਜ਼ ਜੋ ਵੀ ਬੰਦਾ ਇਹ ਵੀਡੀਓ ਦੇਖ ਰਿਹਾ ਹੈ 인ਕਾ ਪਤਾ ਜ਼ਰੂਰ ਨਿਕਲਵਾਣਾ ਇੱਕ ਵਾਰ ਚਲਾ ਜਾ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਬਈ ਲੋਕਾਂ ਨੇ ਪੇਜਾਂ ਤੇ ਪਾਈ ਹੋਈ ਹੈ ਤੇ ਜੋ ਕਿਸੇ ਨੂੰ ਗਲਤ ਲੱਗ ਦਿੱਕਤ ਹੋਈ ਹੈ ਉਸ ਲਈ ਮੈਂ ਮਾਫੀ ਮੰਗਣਾ ਵਾ ਧੀਆਂ ਪਹਿਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅੱਗੇ ਤੋਂ ਇਹ ਹੁੱਲੜਬਾਜੀ ਮੈਂ ਨਹੀਂ ਕਰਾਂਗਾ ਜੀ ਤੇ ਅਸੀਂ ਸੰਗਤ ਨੂੰ ਦੱਸ ਦਈਏ ਵੀ ਇਹ ਦੋ ਨੌਜਵਾਨ ਉਹ ਜਿਨ੍ਹਾਂ ਦੀ ਫੋਟੋ ਅੱਜ ਵੀ ਵਾਇਰਲ ਹੋ ਰਹੀ ਹੈ ਵੀ ਗੱਡੀ ਦੇ ਵਿੱਚ ਲੰਘਦੇ ਆ ਤੇ ਉਹ ਵੀਡੀਓ ਆਈ ਆ ਤੇ ਅਸੀਂ ਉਹਦੇ ਬਾਰੇ ਗੱਲ ਕਰਨ ਹਰਿਆਣਾਏ ਹੋਏ ਆ ਤੇ ਇਹਨਾਂ ਦੋਹਾਂ ਨੂੰ ਅਸੀਂ ਲੈ ਲਿਆ ਵਾ ਤੇ ਅਸੀਂ ਦੇਖਦੇ ਆ ਕਾਰਵਾਈ ਜੋ ਵੀ ਹੁੰਦੀ ਆ